ਹਾਂਜੀ ਸਸਰੀਕਾਲ ਜੀ ਅਮਰਵੀਰ ਆ ਮੇਰੇ ਭਰਾ ਆ ਚਿੰਟੂ ਤੇ ਦੀਪੂ ਤੇ ਅਸੀਂ ਅੱਜ ਘੁੰਮਣ ਚੱਲੇ ਆ ਕਿਤੇ ਆ ਸੁੱਖੀ ਨਿਕਲਿਆ ਆ ਇਹ ਸਾਡਾ ਆਫਿਸ ਆ ਇਮੀਗ੍ਰੇਸ਼ਨ ਦਾ ਤੇ ਨਾਲ ਹੀ ਨਾਲ ਆ ਮਾਮਾ ਜੀ ਆ ਗਏ ਤੇ ਨਾਲ ਹਾਪੀ ਆ ਗਿਆ ਅਸੀਂ ਚੱਲੇ ਆ ਅੱਜ ਸਾਡੇ ਤੇ ਬਾਜ਼ਾਰ ਦੇ ਵਿੱਚ ਨਾ ਰੌਣਕ ਮੇਲਾ ਆ ਆ ਨੱਠੇ ਨੱਠੇ ਆ ਭਾਣੀ ਫੋਨ ਤੇ ਕੀ ਕਰਦਾ ਮੇਰਜ ਕੀ ਬਾਤ ਆ ਸਾਰੇ ਚੱਲੇ ਆ ਦੀਪੂ ਸਾਰੇ ਟੋਰਾਂ ਘਟਾਂ ਸ਼ੋਪਿੰਗ ਕਰਾਂਗੇ ਸ਼ੋਪਿੰਗ ਆ ਦੇਖੋ ਮੱਖਣ ਦੀ ਦੁਕਾਨ ਉਹ ਮੱਖਣ ਕੋਈ ਬੰਦਾ ਨਹੀਂ ਇਹ ਮੱਖਣ बिक ਰਿਹਾ ਆ ਇਹ ਲੰਬੇ ਸਮੇਂ ਤੱਕ ਵੱਖਣ ਚੱਲਣ ਵਾਲੀ ਦੁਕਾਨ ਆ ਇਹ origignal ਮੱਖਣ ਹੁੰਦਾ ਇੱਥੇ ਦਾ ਤੇ ਬੰਦਾ ਕੁਝ ਕਹਿ ਰਿਹਾ ਮੈਨੂੰ ਸਮਝ ਨਹੀਂ ਲੱਗੀ ਪਰ ਉਹਨੇ ਗੁੱਠਾ ਹੀ ਦਿਖਾਇਆ ਕਿ ਵਧੀਆ ਵਧੀਆ ਆ ਦੇਖੋ ਪੋੜੇ ਪਕੋੜੇ ਨਹੀਂ ਪੀਜ਼ਾ ਸਾਡੇ ਪੰਜਾਬ ਚ ਪਕੋੜੇ ਚੱਲਦੇ ਆ ਨਾ ਇੱਥੇ ਪੀਜ਼ਾ ਚੱਲਦੇ ਆ ਕਿਲੋਆਂ ਦੇ ਹਿਸਾਬ ਨਾਲ ਵਿਕਦੇ ਲੋਕੀ ਬੜਾ ਪਸੰਦ ਕਰਦੇ ਆ ਪਰ ਸਾਨੂੰ ਇਹ ਪਸੰਦ ਬਿਲਕੁਲ ਨਹੀਂ ਆਉ ਦੇਖਦੇ ਆ ਰੌਣਕ ਮੇਲਾ ਮੋਜਾਂ ਹੀ ਮੋਜਾਂ ਕਿੰਟੂ ਉਹ ਜੇ ਲੈਣਾ ਚਾਹਦਾ ਆ ਤਾਂ ਕੀ ਲੈਣਾ ਕਹਿੰਦਾ ਪਤਾ ਨਹੀਂ ਅੱਜ ਦੇਖਦੇ ਆ ਸਬਜ਼ੀਆਂ ਵੀ ਤਰਤਲਆਂ ਦੀਆਂ ਬਹੁਤ ਫਰੈਸ਼ ਸਬਜ਼ੀਆਂ ਆਉਂਦੀਆਂ ਇੱਥੇ ਦੀਆਂ ਇਹ ਚਿੰਤਰੋ ਆ ਲੋਕ ਜੀ ਕਪੜੇ ਦੁਕਾਨ ਸੇਲ 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 5000 ਦੀ ਸੇਲ 800 ਦੀ ਸੇਲ 100 ਦੀ ਸੇਲ ਲੋ ਜੀ ਦੀ ਪੁਨੇ ਹੱਥ ਪਾ ਲਿਆ ਕਾਨੂੰ ਜੈਕਟ ਨੂੰ 100 ਦੀ ਜੈਕਟ 900 ਹੋ ਗਿਆ ਪਸੰਦ ਆ ਗਈ ਪਰ ਇੱਕ ਰੇਟ ਆ ਤਾਂ ਜੀ ਕਹਿੰਦਾ ਲੈ ਲਵਾਂ ਮੈਂ ਜਿਹੜੀ ਚੀਜ਼ ਜੱਟ ਨੂੰ ਪਸੰਦ ਆ ਜਵੇ ਲੈਣੀ ਚਾਹੀਦੀ ਆ ਹੈਗੀ ਤਾਂ ਸੋਣੀ ਆ ਲੋ ਜੀ ਹੁਣ ਤੇ ਇਹ ਲਫਾਵੇ ਚ ਪਵਾ ਕੇ ਛੱਡੂ ਲੈ ਲਈ ਹੁਣੀ ਆ ਚਿੰਤੂ ਕੁਝ ਦੇਖਦਾ ਉਹ ਪਵਾ ਲਈ ਲਫਾਵੇ ਚ ਚਿੰਤੂ ਨੇ ਵੀ ਲਾਲੇ ਕੱਪੜੇ ਨਾਪਦਾ ਦੇਖਦਾ ਆਹਾ ਨਹੀਂ ਨਹੀਂ ਤੇਰੇ ਨਾਪ ਦਾ ਉਹ ਲੱਗਿਆ ਕਿਹੜਾ ਆਹ ਨਾਈਸ ਆ ਤੇਰ ਵੀ ਦੇਖ ਲਈ 25 ਜੀੜੋ ਪਸੰਦ ਵੀ ਆ ਗਈ ਤੇ ਪਾ ਵੀ ਲਈ ਹੁਣ ਦੇਖਦੇ ਆ 20 ਜੀੜੋ ਦੇਖ ਕੇ ਦੇਖਦੇ ਆ ਬੀਰੋ ਪਾਜੀ ਲੈ ਲੋ ਉਹ ਨਹੀਂ ਨਹੀਂ ਮੈਂ ਨਹੀਂ ਲੈਣੇ ਮੰਨਿਆ ਨਹੀਂ ਤਾਂ ਸਹੀ ਆ ਬਹੁਤ ਚੜੀਦਾ ਨਹੀਂ ਹੁੰਦਾ ਆਜਾ ਕੇ 50 ਹੋਰ ਜਿਹੜੀ ਚੜ ਦੇ ਵਿੱਚ ਪਸੰਦ ਆ ਗਈ ਤੇ ਆ ਗਈ ਉਹ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਚਲੋ ਜੀ ਲਾਣ ਲੱਗਾ ਜਿਪ ਤਾਂ ਕਹਿੰਦਾ ਨਹੀਂ ਨਹੀਂ ਲਾ ਲੋ ਗੰਦੀ ਹੋ ਜਣੀ ਆ ਵਿਆਹ ਜਾਂਦੀ ਨਾ ਪਾਵਾਂਗੇ ਉਹ ਸਾਰੇ ਨਾ ਵਿਆਹ ਆਪੇ ਨਾ ਅਸੀਂ ਪਾਈਏ ਆਹ ਵੇ ਬੰਦੇ ਲੱਗੇ ਹੋ ਚਲੋ ਕੋਈ ਗੱਲ ਨਹੀਂ ਮੀਟਿੰਗ ਮੈਂ ਇਹ ਵੀ ਕੋਈ ਕਲਾਇੰਟ ਨੂੰ ਗੱਲ ਕਰਦਾ ਹਾਂ ਕੌਫੀ ਮਾਮਾ ਦੀਪੂ ਹਾਪੀ ਇਹ ਸਾਰਿਆਂ ਕੋਫੀ ਪੀਣ ਮੇਰੀ ਕੋਫੀ ਦੇਖੋ ਕੱਤੀ ਬਈਆ ਮਾਮਾ ਜੀ ਨੇ ਕੋਈ ਚੀਜ਼ ਲਿਆ ਕੇ ਦਿੱਤੀ ਆਪਕੀ ਨੂੰ ਸਾਨੂੰ ਨਹੀਂ ਆਹ ਦਿਵਾਲੀ 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 ਉਹ ਦਿਵਾਲੀ ਨਹੀਂ ਭਰਾਵਾ ਇਹਨਾਂ ਦਾ ਕੋਈ ਫੰਕਸ਼ਨ ਆ ਕੀ ਫੰਕਸ਼ਨ ਆ ਪਤਾ ਨਹੀਂ ਪਰ ਸਾਡੀ ਦਿਵਾਲੀ ਲੱਗਦੀ ਆ ਰਾਤ ਦਾ ਮਾਹੌਲ ਉਸੇ ਚੇਂਦਰ ਜਿੱਥੇ ਬਾਜ਼ਾਰ ਲੱਗਿਆ ਸੀ ਨਾ ਇਹ ਰਾਤ ਜੇ ਨੂੰ ਇੱਥੇ ਹੁਣ ਡੀਜੇ ਡੂਜੇ ਲੱਗੇ ਆਇਆ ਆ ਜੋ ਡੀਜੇ ਦਿਖਾਣੇ ਆ ਹੋਲੀ ਨੂੰ ਚੱਲੋ ਇਹ ਯਾਰੇ ਵਾਲੇ ਦੇਖੋ ਕਿੰਨੀ ਸੋਹਣੀਆਂ ਸਾਡੇ ਤਾਂ ਪੰਜਾਬ 'ਚ ਲੜੀਆਂ ਪਾਈ ਜਾਣੀਆਂ ਸੀ ਦੀਵੇ ਲਾਈ ਜਾਣੇ ਸੀ ਇਹਨਾਂ ਨੇ ਲਾਈਟ ਸਿਸਟਮ ਨਾਲ ਸਾਰਾ ਹੀ ਰੰਗीन ਕੀਤਾ ਆ ਤੜਾ ਤੜਾਂ ਦਾ ਆਹ ਦੇਖੋ ਡੀ ਜੇ ਕੀ ਬਾਤ ਆ ਵਧੀਆ ਲਾਈਟ ਸਿਸਟਮ ਡੀ ਜੇ ਟੋਪੀਅਰ ਡੀ ਜੇ ਹਨ ਆਗੀ ਹੈ ਇਹ ਤਾਂ ਚਰਚਾ ਅੱਛਾ ਅੱਛਾ ਸ਼ਾਰਬੀ ਚਲਾਈਆਂ ਹੋਣੀਆਂ ਗੱਲਬਾਤ ਓਕੀ ਹੈ ਆਹ 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 ਕਿਉਂ ਆ ਰਿਹਾ ਮਜ਼ਾ ਦੇਖੋ ਕਿੰਨੇ ਲੋਕ ਇਕੱਠੇ ਹੋਏ ਆ ਤੇ ਇੱਕ ਟੈਕਨੋਲੋਜੀ ਕਿੰਨੀ ਸੋਹਣੀ ਇਹਨਾਂ ਦਾ ਕੋਈ ਫੰਕਸ਼ਨ ਆ ਪਰ ਹਜੇ ਤੱਕ ਮੈਨੂੰ ਪਤਾ ਨਹੀਂ ਲੱਗਿਆ ਇਹ ਰਿਵਿਊ ਫੰਕਸ਼ਨਸ ਹੀ ਹੈ ਕੀ ਸੀ ਪਰ ਹਾਂ ਇਹ ਬਹੁਤ ਸੋਹਣੀ ਚਰਚਾ ਹੈ ਚਰਚੇ ਦੇ ਵਿੱਚ ਲੇਟਾ ਮਾਰ ਮਾਰ ਕੇ ਇੱਕ ਫਿਲਮ ਜੀ ਦਿਖਾ ਰਹੇ ਆ ਕੁਝ ਗੱਲਾਂ ਵੀ ਕਰ ਰਹੇ ਸੀ ਪਰ ਮੈਂ ਉਹਦਾ ਗੌਰ ਨਹੀਂ ਦਿੱਤਾ ਕਿਉਂਕਿ ਹਲੇ ਤੱਕ ਮੈਨੂੰ ਭਾਸ਼ਾ ਆਈ ਨਹੀਂ ਕਹਿੰਦੇ ਕੀ ਆ ਕੀ ਨਹੀਂ ਆ ਕੋਈ ਮਸ਼ੀਨ ਜੇ ਵਲ ਦੱਸਦੀ ਸੀ ਤੇ ਨਾਲ ਕੋਈ ਆ ਕੇ ਅੜਲੀ ਕੁੜਲੀ ਘੁੰਮੀ ਜਾਂਦੀ ਸੀ ਮੈਨੂੰ ਕੁਝ ਨਹੀਂ ਪਤਾ ਲੱਗਿਆ ਪਰ ਹਾਂ ਲੋਕੀ ਤਾੜੀਆਂ ਮਾਰਦੇ ਸੀ ਮੈਂ ਵੀ ਦੋ ਚਾਰ ਮਾਰ ਦੀਆਂ ਤਾੜੀਆਂ ਨਹੀਂ ਚੀਕਾਂ ਕਿਉਂਕਿ ਹੱਥ 'ਚ ਫੋਨ ਸੀ ਨਾ ਤਾੜੀ ਮਾਰ ਨਹੀਂ ਸਕਦਾ ਸੀ ਵੀਡੀਓ ਵੀ ਮਾਰਾ ਨਹੀਂ ਸੀ ਲੋਕੀ ਵੀ ਬਣਾ ਰਹੇ ਸੀ ਮੈਂ ਵੀ ਬਣਾ ਰਿਆ ਸੀ ਮੈਂ ਚਲੋ ਕਿਤੇ ਨਹੀਂ ਫੇਸਬੁੱਕ ਤੇ ਪਾਵਾਂਗੇ ਕੋਈ ਨਾ ਕੋਈ ਤਾਂ ਲਾਈਕ ਕਰੋ ਗਈ ਕੋਈ ਹੋਊਗਾ ਜਿਹੜਾ ਲੱਗਦਾ ਲਾਈਕ ਨਹੀਂ ਕਰੂਗਾ ਪਰ ਕਮੈਂਟ ਵੀ ਕਰਿਓ ਲਾਈਕ ਵੀ ਕਰਿਓ ਤੇ ਮੇਰੇ ਭਰਾ ਸ਼ੇਅਰ ਵੀ ਕਰਿਓ ਕਿੱਥੇ ਚੱਲੇ ਮਾਮਾ ਕਹਿੰਦਾ ਚਲੋ ਕੱਲ੍ਹ ਨੂੰ ਦਿਵਾਲੀ ਆ ਅੱਜ ਹੀ ਚੱਲਦੇ ਆ ਕਿੱਥੇ ਮਾਤਾ ਦੇ ਉਹ ਨੈਣਾ ਦੇ ਵੀ ਨਹੀਂ ਇੱਥੇ ਵੀ ਇਟਲੀ 'ਚ ਮੰਦਿਰ ਆ ਆ ਦੇਖੋ ਇੱਥੇ ਮੰਦਿਰ 'ਚ ਦਿਵਾਲੀ ਕਰਕੇ ਲੋਕੀ ਮੱਥਾ ਟੇਕਣ ਆਦੇ ਆ ਮਾਤਾ ਜੀ ਦਰਸ਼ਨ ਕਰਾਂਦੇ ਆ ਅਸੀਂ ਵੀ ਆਏ ਤੇ ਤੁਸੀਂ ਵੀ ਕਰੋ ਦਰਸ਼ਨ ਮਾਤਾ ਦੇ ਇਹ ਆ ਮਾਸ਼ੀਰਾਵਾਲੀ ਆਹ ਜਗ੍ਹਾ ਵਸਦੀ ਆ ਇਟਲੀ ਜੀ ਵਸਦੀ ਆ ਤੇ ਲੋਕਾਂ ਦੇ ਦੇਲਾ ਜੀ ਵਸਦੀ ਆ ਬੜੀ ਖੁਸ਼ੀ ਹੁੰਦੀ ਮਾਤਨ ਦੇਖ ਕੇ ਮਾਤਾ ਦੀ ਜੋਤ ਦੇਖ ਕੇ ਤੇ ਮੇਰੇ ਵੀਰ ਕਾਫੀ ਸੰਗਤਾਂ ਆਈਆਂ ਹੋਈਆਂ ਸੀ ਆਹ ਦੇਖੋ ਮੇਰੇ ਭਰਾ ਬੈਠੇ ਆ ਦੀਪੂ ਨਵੀਂ ਸ਼ਰਟ ਹੈ ਉਹ ਦੀ ਭਾਈ ਉਹ ਸੁੱਕੀ ਚਿੰਟੂ ਆ ਹਾਪੀ ਆ ਫੋਨ ਉੱਪਰ ਨਹੀਂ ਕਿਤੇ ਗਿਆ ਚਲ ਕੋਈ ਗੱਲ ਨਹੀਂ ਆਹ ਹਾਪੀ ਦੇ ਨਾਲ ਮਾਮਾ ਜੀ ਨਹੀਂ ਦਿਖਰੇ ਮਾਮਾ ਜੀ ਸ਼ਹਿਰ ਕਿਲੈਨਰ ਮਿਲ ਰਹਾ ਤੇ ਇੱਥੇ ਨਿਰਿੰਦਰ ਚੰਚਲ ਨਹੀਂ ਨਿਰਿੰਦਰ ਚੰਚਲ ਨਹੀਂ ਇਹ ਕੋਈ ਇੱਥੇ ਦੇ ਹੀ ਆ ਪਰ ਵਧੀਆ ਭੇਟਾ ਕਰ ਰਿਆ ਸੀ ਤੇ ਲੋਕੀ ਸੁਣ ਰਹੀ ਸੀ ਬੜੀ ਸ਼ਰਧਾ ਦੇ ਨਾਲ ਸ਼ਰਧਾ ਜਿੱਥੇ ਮਰਜੀ ਹੋਵੇ ਪਰ ਹੁੰਦੀ ਜ਼ਰੂਰ ਆ ਲੋਕਾਂ ਦੇ ਲੋਕਾਂ ਦੇ ਵਿੱਚ ਲੱਭ ਵੱਸਦਾ ਤੇ ਮੰਦਰ ਲੋਕਾਂ ਦੇ ਦਿਲਾਂ ਚ ਹੁੰਦਾ ਨੀਰਾ ਹੋ ਗਿਆ ਸੀ ਵਾਪਸ ਆ ਗਏ ਮਾਮਾ ਜੀ ਕਹਿੰਦੇ ਚਲੋ ਸੋਮਾ ਹੁਣ ਮੈਂ ਵੀ ਕੁੰਡਾ ਬੰਦ ਕਰਕੇ ਆ ਗਿਆ ਕੀ ਮੋਟਾ ਹੱਥ ਜਗੀ ਆ ਪਰ ਆਵਾ ਲੇਟ ਹੋ ਗਈ ਸੀ ਰੋਟੀ ਮਣੀ ਬਣਾਉਣੀ ਸੀ ਬਿਜਾਰੋ ਲੈ ਕੇ ਆਏ ਆ ਬਣੀ ਬਣੀ ਸਬਜ਼ੀ ਆ ਦੇਖੋ ਆਹ ਪਰੌਂਠੇ ਆ ਖੰਡੇ ਹੁੰਦੇ ਆ ਪਰ ਗਰਮ ਗਰਮ ਕੇ ਬੜੇ ਸਵਾਦ ਲੱਗਦੇ ਆ 20 ਪਰੌਂਠੇ ਚਾਰ-ਚਾਰ ਹਿੱਸੇ ਆ ਜਾਣੇ ਆ ਡੱਬੇ ਚ ਕੀ ਆ ਦੇਸੀ ਕੀ ਨਹੀਂ ਹੈਗਾ ਬਣਿਆ ਬਣਾਇਆ ਸਾਗ ਇਹ ਸਾਗ ਨੂੰ ਬਸ ਤੜਕਾ ਲਾਣਾ ਆ ਤੜਕਾ ਲਾ ਕੇ ਉਹ ਪਿਆਜ਼ ਦੀ ਹੁੰਦੇ ਆ ਬਸ ਸਹੀ ਆ ਆਹ ਰਾਬਾ ਜੀ ਵੀ ਕੁਝ ਹੈਗਾ ਆ ਇਹ ਵੀ ਦਿਖਾਣੇ ਆ ਉਧਰ ਮੇਰਾ ਪਰਾ ਤੜਕੇ ਦੀ ਤਿਆਰੀ ਕਰਦਾ ਉਦੋਂ ਤੱਕ ਮੈਂ ਤੁਹਾਨੂੰ ਦਿਖਾਦਾ ਕਿ ਮਾਮਾ ਜੀ ਨੇ ਸਾਨੂੰ ਕੀ ਦੋਆ ਆ ਆ ਦੇਖੋ ਜਿੰਡੂ ਲਾਪੇ ਪਿਆਜ਼ ਛਿਲਣਾ ਇਹਨੇ ਸਾਗ ਵਧੀਆ ਬਣਾਣਾ ਮੈਨੂੰ ਲੱਗਦਾ ਸਾਡੀ ਰਸੋਈ ਆ ਆਹਾਂ ਲਫਾਫਾ ਖੁੱਲ ਗਿਆ ਆ ਦੇਖੋ ਛੋਲੇ ਹਾਂ ਧੰਦ ਹੋਈ ਨਾ ਤਮਾਮ ਅਜਿਹੇ ਪਾਊਡਰ ਬਣਾਵਾਂਗੇ ਬਾਦਾਮ ਨਿਆਰਾ ਦਿਮਾਗ ਦੇ ਜਾਊਗਾ ਇਹ ਆ ਰਾਜੂ ਰਾਜੂ ਨਹੀਂ ਕਾਜੂ ਹਾਂ ਕਾਜੂ ਉਹ ਵੀ ਇਹ ਮਾਮਾ ਜੀ ਨੇ ਦੋਇਆ ਇਹ ਮੂਫਲੀ ਦੇਣਿਆ ਐਂ ਵਧੀਆ ਪੈਕਿੰਗ ਦਾ ਤੇ ਆ ਥੋੜੀ ਜਿਹੀ ਖਰੋਟ ਇਹਨਾਂ ਸਾਰਿਆਂ ਨੂੰ ਸੇਕ ਲਵਾ ਕੇ ਇੱਕ ਪੀਸ ਕੇ ਦੁੱਧ ਚ ਪਾ ਕੇ ਪੀਆ ਕਰਾਂਗੇ ਨਿਆਰਾ ਹੀ ਆ ਦਿਮਾਗ ਹੋਊਗਾ ਤੇਜ਼ ਚਲੋ ਸਹੀ ਆ ਹੁਣ ਸੌਣੇ ਆ ਮੋਮੋਜ ਮਸਤੀ ਹੋ ਗਈ ਇਹਨੇ ਤੋੜ ਕੇ ਲਾ ਕੇ ਰੋਟੀ ਖਵਾ ਕੇ ਸੌਲਾ ਦੇਣਾ ਮੈਨੂੰ ਤਾਂ ਲੱਗਾ ਸੌਣ ਮੈਂ ਮਾਊ ਆ ਜਾਊਗਾ ਸੌਂ Nghi ਜਾਂਦੇ ਨਹੀਂ ਤਾਂ ਕੇ ਮਾਊ ਆ ਜਾਊਗਾ ਚਲੋ ਸੌਂ Nghi ਗੁੱਡ ਨਾਈਟ